सिमर 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 नाम जीवा, तन मन होए निहाला, चरण कमल तेरे तोए तोए पीवा। मेरे सतगुर दीन दयाला, अकाल मूरत अजूनी सैभं गुर प्रसाद, बाणी गुरु गुरु है बाणी, विच बाणी अमृत सारे, गुर बाणी कहे सेवक जन माने, प्रतख गुरु निस्तारे, जागत जोत जपे निस्बासुर, एक बिना मन नैक न आने, पूरन प्रेम प्रतीत सजे, व्रत गोर मड़ी मट भूल न माने, तीरथ दान दया तप संजम, एक बिना न एक पछाने, पूरन ज्योत जगह घट में, तब खालस ताही न खालस जाने, बेशुमार अथाह आगनत अतुले, ज्यों बुलावे हो त्यों नानक दास बोले, परम सन्मान योग जुगो जुग अटल, जबर शतर तख्त दे मालक, समुची मानवता सर्व कायनात दे रहबर, जिन्हां दा पावन उपदेश संदेश खत्री ब्राह्मण शूद वैश उपदेश चौं वर्णा को सांझा, जिन्हां दा पावन पैगाम सब में जोत जोत है सोए, तिसदै चानन सब में चानन हुए, जिन्हां दा पावन पैगाम अव्वल अल्लाह नूर उपाया, कुदरत के सब बंदे एक नूर ते सब जग उपजिया, कौन भले को मंदे दा पावन संदेश ते उपदेश बख्शन वाले सतगुरु धन धन साहिब श्री गुरु ग्रंथ साहिब महाराज, जिन्हां दी पावन गोद दे विच आप समूह संगतां दे वल्लों प्रबंधक समिति दे सहयोग दे नाल महान उपराला कीता गया, ते अज आपां सारे ही गुरु ग्रंथ साहिब महाराज जी दे चरणां विच संध्या वेले दे सजे दीवान दे विच खालसा साजना दिवस दीआं महान खुशियां मना रहे हां। ये पहली बेनती खालसा साजना दिवस, जदों आपां शब्द वल ध्यान दईए कदी इहनूं जन्म दिहाड़ा नहीं कहना, क्योंकि जन्म शब्द जिस नाल वरत्या जावे, गुरबाणी कहिंदी है जो जन्मे सो जानो मूवा, जिहदे जन्म दे गल करिए ते जन्म जिहदा होया है उहदी मौत निश्चित है, पर जिहड़ा खालसा है इहदा जन्म दिहाड़ा नहीं है। विसाखी दे रूप विच खालसे दा जन्म दिहाड़ा नहीं मनाया जांदा, बल्कि साहिब ने ते आप कह दिता खालसा अकाल पुरख की फौज, प्रगटे हो खालसा परमात्मा की मौज, प्रगट होया है
ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਬਾਰੇ ਬਚਨ ਆਉਂਦੇ ਨੇ ਨਾ, ਸਤਿਗੁਰ ਨਾਨਕ ਪ੍ਰਗਟਿਆ। ਆਪਾਂ ਉਹਨਾਂ ਦਾ ਜਨਮ ਦਿਹਾੜਾ ਨਹੀਂ ਮਨਾਉਂਦੇ, ਆਪਾਂ ਉਹਨਾਂ ਦਾ ਵੀ ਪ੍ਰਕਾਸ਼ ਦਿਹਾੜਾ ਮਨਾਉਂਦੇ ਹਾਂ। ਸਤਿਗੁਰੂ ਸਾਹਿਬਾਨਾਂ ਵਾਸਤੇ ਜਿੱਥੇ ਆਪਾਂ ਜਨਮ ਦਿਹਾੜਾ ਸ਼ਬਦ ਨਹੀਂ ਵਰਤਦੇ, ਉਹਨਾਂ ਦਾ ਪ੍ਰਕਾਸ਼ ਦਿਹਾੜਾ ਸ਼ਬਦ ਵਰਤਦੇ ਹਾਂ। ਇਸੇ ਤਰ੍ਹਾਂ ਖਾਲਸੇ ਦਾ ਜਨਮ ਦਿਹਾੜਾ ਨਹੀਂ, ਖਾਲਸੇ ਦਾ ਸਾਜਨਾ ਦਿਵਸ ਹੈ, ਜੋ ਬੜੇ ਪਿਆਰ ਨਾਲ ਮਨਾਉਣ ਵਾਸਤੇ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਜੁੜ ਕੇ ਬੈਠੇ ਹਾਂ। ਸਤਿਕਾਰਯੋਗ ਸਕੱਤਰ ਸਾਹਿਬ ਨੇ ਆਪ ਜੀ ਅੱਗੇ ਬੇਨਤੀ ਕੀਤੀ ਸੀ ਗੁਰੂ ਕੀ ਫਤਿਹ ਨਾਲ ਸੰਬੰਧਿਤ, ਤੇ ਆਵਾਜ਼ਾਂ ਢਿੱਲੀਆਂ, ਸਾਡੇ ਮੁੱਖ ਚੋਂ ਜੇ ਫਤਿਹ ਨਾ ਨਿਕਲੇ ਤੇ ਭਲਿਓ ਸਾਡੇ ਜੀਵਨ ਵਿੱਚ ਅਸੀਂ ਸੋਚਦੇ ਹਾਂ ਫਤਿਹ ਆਵੇ, ਹਰ ਮੈਦਾਨ ਦੇ ਵਿੱਚ ਹਰ ਕਾਰਜ ਵਿੱਚ ਸਾਨੂੰ ਫਤਿਹ ਮਾਲਕ ਬਖਸ਼ੇ, ਸਾਡੇ ਸਾਰੇ ਕਾਰਜਾਂ ਦੇ ਵਿੱਚ ਚੜ੍ਹਦੀਆਂ ਕਲਾ ਸਾਨੂੰ ਮਿਲਣ, ਤੇ ਫਿਰ ਸਾਡੇ ਜੀਵਨ ਦੇ ਵਿੱਚ ਫਤਿਹ ਦਾ ਹੋਣਾ ਬੜਾ ਜ਼ਰੂਰੀ ਹੈ। ਕਿਸੇ ਕਵੀ ਨੇ ਕੁੱਝ ਲੈਣਾ ਦੇ ਰਾਹੀਂ ਫਤਿਹ ਦੀ ਉਪਮਾ ਕੀਤੀ ਹੈ, ਕਹਿੰਦੇ ਜਿਹਦੀ ਰੱਗ ਵਿੱਚ ਫਤਿਹ ਉਹਦੀ ਜੱਗ ਵਿੱਚ ਫਤਿਹ, ਜਿਹਦੀ ਜ਼ੁਬਾਨ ਵਿੱਚ ਫਤਿਹ ਉਹਦੀ ਜਹਾਂ ਵਿੱਚ ਫਤਿਹ, ਤੇ ਜਿਹਦੇ ਫੁੱਲਾਂ ਵਿੱਚ ਫਤਿਹ ਉਹਦੀਆਂ ਕੁੱਲਾਂ ਵਿੱਚ ਫਤਿਹ। ਪਰ ਕੱਲੀ ਫਤਿਹ ਨਹੀਂ ਸ਼ੋਭਾ ਪਾਉਂਦੀ ਜਿੰਨੀ ਦੇਰ ਤੱਕ ਵਾਹਿਗੁਰੂ ਦੀ ਫਤਿਹ ਨਾ ਹੋਵੇ, ਤੇ ਖਾਲਸੇ ਨੂੰ ਵੀ ਸਤਿਗੁਰਾਂ ਨੇ ਵਾਹਿਗੁਰੂ ਨਾਲ ਜੋੜਿਆ ਤੇ ਫਤਿਹ ਵੀ ਵਾਹਿਗੁਰੂ ਦੀ ਦੱਸੀ ਹੈ। ਤੇ ਆਓ ਗੁਰੂ ਚਰਨਾਂ ਵਿੱਚ ਜੁੜ ਕਰਕੇ, ਦੋਵੇਂ ਹੱਥ ਜੋੜ ਕਰਕੇ ਅਦਬ ਸਹਿਤ, ਇਹ ਨਾ ਮੇਰੀ ਫਤਿਹ ਹੈ ਤੇ ਨਾ ਤੁਹਾਡੀ ਫਤਿਹ, ਇਹ ਫਤਿਹ ਹੈ ਵਾਹਿਗੁਰੂ ਦੀ, ਤੇ ਸਤਿਗੁਰਾਂ ਦੇ ਚਰਨਾਂ ਵਿੱਚ ਜੁੜੇ ਹਾਂ। ਤੇ ਦੋਵੇਂ ਹੱਥ ਜੋੜ ਕੇ ਗੱਜ ਕੇ, ਕਿਉਂਕਿ ਕੋਈ ਰਸਨਾ ਵਾਂਝੀ ਨਾ ਰਹੇ, ਤੇ ਬੁਲੰਦ ਆਵਾਜ਼ ਦੇ ਵਿੱਚ ਚੜ੍ਹਦੀਆਂ ਕਲਾ ਵਿੱਚ ਗੁਰ ਫਤਿਹ ਦੀ ਸਾਂਝ ਪਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸੇ ਦੀ ਸਾਜਣਾ ਦੇ ਸੰਬੰਧ ਵਿੱਚ ਜੇ ਇਤਿਹਾਸ ਦੇ ਵਿੱਚੋਂ ਵਿਚਾਰ ਕਰੀਏ, ਇਹਦਾ ਇਤਿਹਾਸ, ਇਹਦਾ ਪਿਛੋਕੜ ਬਹੁਤ ਲੰਮੇਰਾ ਹੈ, ਪਰ ਕੋਸ਼ਿਸ਼ ਕਰਾਂਗਾ ਸਤਿਗੁਰੂ ਜੀ ਆਪ ਰਹਿਮਤ ਕਰਨ, ਤੇ ਇਸ ਇਤਿਹਾਸ ਵਿੱਚੋਂ, ਵਿਰਸੇ ਵਿੱਚੋਂ ਤੇ ਖਾਲਸੇ ਦੀ ਮਹਾਨਤਾ ਵਿੱਚੋਂ ਕੁਝ ਬਚਨ ਆਪ ਜੀ ਨਾਲ ਸਾਂਝੇ ਕੀਤੇ ਜਾ ਸਕਣ। ਸਤਿਗੁਰੂ ਸ਼ਹਿਨਸ਼ਾਹ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਖਾਲਸੇ ਦੀ ਉਪਮਾ ਜਦੋਂ ਕੀਤੀ, ਤੇ ਜਿੱਥੇ ਭਾਈ ਸਾਹਿਬ ਨੇ ਇੱਕ ਸ਼ਬਦ ਹੁਣੇ ਆਪ ਜੀ ਨੂੰ ਸੁਣਾਇਆ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਤੇ ਬੜੇ ਪਿਆਰ ਨਾਲ ਆਪਾਂ ਸਾਰੇ ਪੜ੍ਹ ਵੀ ਰਹੇ ਸਨ। ਹੁਣ ਸਤਿਗੁਰਾਂ ਨੇ ਤੇ ਸੰਬੋਧਨ ਕੀਤਾ ਸੀ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਤੇ ਆਪਣੇ ਮਨਾਂ ਵੱਲ ਅਸੀਂ ਜਰਾ ਥੋੜਾ ਜਿਹਾ ਝਾਤ ਜ਼ਰੂਰ ਮਾਰ ਲਈਏ ਕਿ ਸਾਡੀ ਕਿਰਪਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਸੱਜੇ ਨੇ, ਸਾਡੀ ਕਿਰਪਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਜੇ ਨੇ। ਜਿੱਥੇ ਸ਼ਬਦ ਨੂੰ ਅਸੀਂ ਪੜ੍ਹਨਾ ਹੈ, ਉੱਥੇ ਸ਼ਬਦ ਦੇ ਅੰਦਰ ਧਿਆਨ ਵੀ ਜੋੜਨਾ ਹੈ। ਸਾਹਿਬ ਨੇ ਤੇ ਸਾਡੇ ਸਾਰਿਆਂ ਵਾਸਤੇ ਸੰਬੋਧਨ ਕੀਤਾ ਕਿ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਆਪਣੇ ਬਾਰੇ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ, ਨਹੀਂ ਮੋਸੋ ਗਰੀਬ ਕਰੋੜ ਪਰੇ, ਕਹਿੰਦੇ ਕਰੋੜਾਂ ਹੀ ਮੇਰੇ ਵਰਗੇ ਸੰਸਾਰ ਦੇ ਵਿੱਚ ਫਿਰਦੇ ਨੇ, ਇਹ ਖਾਲਸੇ ਦੀ ਕਿਰਪਾ ਹੈ, ਇਹ ਸੰਗਤ ਦੀ ਕਿਰਪਾ ਹੈ, ਜਿਹਨੇ ਮੈਨੂੰ ਸਾਜਿਆ ਹੈ, ਇਹਨਾਂ ਮਾਣ ਬਖਸ਼ਿਆ ਹੈ। ਤੇ ਸਤਿਗੁਰਾਂ ਨੇ ਜਦੋਂ ਸੰਗਤ ਦੇ ਵਿੱਚੋਂ ਖਾਲਸਾ ਪ੍ਰਗਟ ਕੀਤਾ ਨਾ, ਤੇ ਉਹਦੀ ਉਪਮਾ ਦੇ ਵਿੱਚ ਸ਼ਬਦ ਸਤਿਗੁਰਾਂ ਨੇ ਕਿਹਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਕਰੋ ਨਿਵਾਸ, ਇਹ ਮੇਰਾ ਖਾਸ ਰੂਪ ਹੈ ਤੇ ਖਾਲਸੇ ਦੇ ਵਿੱਚ ਮੈਂ ਨਿਵਾਸ ਕਰਦਾ ਹਾਂ। ਤੇ ਜਦੋਂ ਖਾਲਸੇ ਦੀ ਸਾਜਨਾ ਦੀ ਗੱਲ ਕਰੀਏ, ਆਪਾਂ ਇੱਕ ਸ਼ਬਦ ਸੋਚਦੇ ਹਾਂ, ਸ਼ਾਇਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਦੀ ਸਾਜਨਾ ਕੀਤੀ, ਪਰ ਜੇ ਕਿਤੇ ਵਿਚਾਰੀਏ ਨਾ, ਖਾਲਸੇ ਦੀ ਅਸਲ ਸਾਜਨਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਕਰ ਗਏ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪ ਹੀ ਖਾਲਸੇ ਦੀ ਸਾਜਨਾ ਕਰ ਦਿੱਤੀ। ਗੁਰੂ ਨਾਨਕ ਸਾਹਿਬ ਦੀ ਬਾਬਤ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਜ਼ਿਕਰ ਕੀਤਾ ਹੈ, ਖਾਲਸਾ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਰਤਣ ਤੋਂ ਪਹਿਲਾਂ ਭਗਤ ਕਬੀਰ ਜੀ ਦੇ ਵੀ ਆਪਾਂ ਵਚਨ ਪੜ੍ਹਦੇ ਹਾਂ, ਇਸ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਖਾਲਸੇ ਸ਼ਬਦ ਦੀ ਹੋਂਦ ਪ੍ਰਗਟ ਹੋ ਚੁੱਕੀ ਸੀ। ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਈ ਵਾਰ ਇਹ ਸ਼ਬਦ ਪੜ੍ਹਿਆ ਸੁਣਿਆ, ਕਹੋ ਕਬੀਰ ਜਨ ਭਏ ਖਾਲਸੇ, ਉਹ ਜਨ, ਉਹ ਸੇਵਕ, ਉਹ ਪਿਆਰੇ ਖਾਲਸੇ ਬਣੇ, ਪ੍ਰੇਮ ਭਗਤ ਜਿਹੇ ਜਾਨੀ, ਜਿਨ੍ਹਾਂ ਨੇ ਰੱਬ ਦੀ ਪ੍ਰੇਮਾ ਭਗਤੀ ਨੂੰ ਜਾਣ ਲਿਆ, ਜਿਹੜੇ ਰੱਬ ਦੀ ਪ੍ਰੇਮਾ ਭਗਤੀ ਵਿੱਚ ਜੁੜ ਗਏ ਉਹ ਖਾਲਸੇ ਬਣੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਿਹੜੀ ਪੰਥ ਦੀ ਸਾਜਨਾ ਕੀਤੀ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ, ਸੰਗਤਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਭਾਈ ਗੁਰਦਾਸ ਜੀ ਉਹ ਮਹਾਨ ਸ਼ਖਸੀਅਤ ਸਨ ਜਿਨ੍ਹਾਂ ਦੇ ਹੱਥ ਵਿੱਚ ਗੁਰੂ ਅਰਜਨ ਸਾਹਿਬ ਨੇ ਕਲਮ ਪਕੜਾਈ ਸੀ, ਤੇ ਰਾਮਸਰ ਸਾਹਿਬ ਸਰੋਵਰ ਦੇ ਕੰਢੇ ਤੇ ਬਿਠਾ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਣੀ, ਪਾਵਨ ਬਾਣੀ ਜਿਹੜੀ ਹੈ, ਪੰਜਵੇਂ ਪਾਤਸ਼ਾਹ ਨੇ ਲਿਖਾਉਣੀ ਕੀਤੀ ਸੀ। ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ, ਗੁਰੂ ਨਾਨਕ ਸਾਹਿਬ ਨੇ
अपने नाम का सिक्का इस ढंग नाल चलाया कि नानक निर्मल पंथ चलाया। एक निर्मल पंथ की नींह गुरु नानक साहब ने रखी। तो गुरु नानक साहब महाराज उन्होंने बाबत यह भी जिक्र किया कि शब्द जीती सिद्ध मंडली, ये जी सिद्धां की मंडली सी जिथे जिथे भी गुरु नानक साहब ने जाके जितां प्राप्त कीतियां, भाव सिद्ध भी चर्चा करने वास्ते आए, वड्डे वड्डे पंडित विद्वान गुरु साहब नाल चर्चा करने वास्ते आए, काजी ते मौलवी गुरु नानक साहब नाल चर्चा करन आए, आखिरकार सारिआं ने गुरु नानक साहब अगे सीस झुकाया, प्रणाम किया सतगुरां नूं कि तुसीं महान हो, तुहाडा ज्ञान महान है। पर किस तरीके नाल गुरु नानक साहब ने सारिआं नूं जित्तिआ? भाई गुरदास जी कहिंदे ने शब्द जित्ती सिद्ध मंडली कीतो सो अपना पंथ निराला। यह निराला पंथ जिहड़ा सी गुरु नानक साहब ने उस दिन प्रगट कर दिता। ते कलगीधर पातशाह महाराज जी ने सन 1699 की विसाखी वाले दिन जिहड़ी खालसे की साजना का संपूर्ण स्वरूप जिहड़ा सी तैयार किया। गुरु नानक साहब ने नींह रखी, आरंभता गुरु नानक साहब महाराज कर गए, ते संपूर्णता की शिखर ते गुरु कलगीधर पातशाह महाराज जी ने पहुंचाया। जिवें कि वड्डी बिल्डिंग तैयार करनी होवे ना भल्यो, एक बिल्डिंग नूं तैयार करन वास्ते कुछ समा चाहिदा। जे डिगनी होवे ते पलां विच डिग जाएगी, पर जे तैयार करनी है बिल्डिंग ते समा लगेगा। पहलां उहदियां नीहां भरियां जाणगियां, फिर कंधां खड़ियां कीतियां जाणगियां, फिर उहदे विच उपर छत पएगी, कई चीज़ां उहदे विच कई तरीके दे काम करने पैंदे ने। छोटा मकान ते पलां विच तैयार हो जाता है, पर वड्डा किला तैयार करना होवे, कहते बहुत वड्डी बिल्डिंग तैयार करनी होवे, ते कईआं किलिआं नूं तैयार करन वास्ते कई कई सौ साल भी लगे सन। पुराने समय ऐसे कई किले जिन्हां नूं कई कई समय तक, लंबे समय तक तैयार करदिआं समा लगा। ते सतगुरु पातशाह महाराज जिस पंथ की सिरजना कर रहे सन, गुरु नानक साहब महाराज जी ने आरंभता कीती। क्योंकि भलिओ जे मकान तैयार करना होवे ना, ते मकान दे विच इट्टां दी लोड़ है, सीमेंट दी लोड़ है, सरिए दी लोड़ है। इट्टां नूं असीं इक थां तों चुक के दूजी थां ते रख दईए, इट्ट कदे नहीं आखदी मैनूं क्यों चुक रहे हो, मैनूं इत्थों हटा के उधर क्यों रख रहे हो। इट्ट ने कदी नहीं किंतू करना। जे सरिए नूं किसे ने मोड़ना चाहिआ, उहनूं जोर ला के जदों मोड़ दित्ता जावे, सरिया नहीं कदी आखेगा मैनूं क्यों मोड़िआ गया। जे सीमेंट किसे थां ते घोल के ला दित्ता, सीमेंट ने नहीं आखणा मैनूं क्यों लाया, क्योंकि इह चीज़ां इनकार नहीं करदीआं। पर जे बंदे नूं आखीए कि तू अपना मन तब्दील कर, कुछ जीवन दे विच सुभाअ बदल, ते बंदा इनकारी हो जांदा कि जिद्दां दा मैं आ इदां ही ठीक आ, मैं किसे दी गल नहीं मननी। बंदा छेती कितें गल मनण वास्ते तैयार नहीं। यह सीमेंट है, यह सरिया है, मकान बनाउंदे आ, यह चीज़ां कदी इनकार नहीं करदियां। पर मनुख नूं आखीए भाई आ जिहड़े माड़े काम करदा है, शराबा पीना है, नशे करदा है, मुख तों गंद बोलदा है, गालां कढदा है, कितें छड्ड दे अपनी आदतां नूं, छड्डण वास्ते तैयार ने। अज दे समें विच किसे बंदे नूं चंगी मत भी दईए ते बंदा समझण वास्ते तैयार नहीं। एक छोटी जी कहानी ते स्कूलां च पढ़ाई जांदी सी, जिवें कि चिड़ी मींह विच भिजदे होए बांदर नूं, जो ठरू ठरू करदा सी रुख ते चढ़िया, ते भिजदिआं होइआं वेख के चिड़ी कहिंदी है, तेरे हाथ पैर बड़े सोहणे ने, शरीर तेरा मनुखां वर्गा, ते तूं क्यों मींह दे विच ठरू ठरू कर रिहा है, वेख मेरी निक्की जी चुंझ, तेरे वर्गे हाथ भी नहीं। मैं तो निका निका तीला चुन करके एक वड्डा सारा एक रहन वास्ते घौंसला तैयार कर लिया, ते तू ते रहन वास्ते सोहना घर भी तैयार कर सकदा है। पर बांदर नूं सिखिया ते जरूर दित्ती, पर बांदर सिखिया सुनन दी थां कहण लगी, तू मेरे वर्गे त्यागी महापुरश नूं उपदेश दे रही है, तू अपने घर की गल कर रही, मैं तेरा घर भी तोड़ देंगा। ते उन्हें भी उस वक्त उपदेश देने की थां कहिंदे चिड़ी का घौंसला तोड़ दिता। इस ते स्कूलां च आपां साखी सुनदे हां, ते बंदियां दी भी ते बिरती इहो जी है, जदों उहनूं समझाया जावे तेरा ही भला होणा है। हुण बांदर दा ही भला सी उहदे विच, जे घर बणा लैंदा मींह ते ठरदा ते ना, उहदे भले वास्ते उपदेश दित्ता। पर कई वार भले दा उपदेश भी कईआं नूं चंगा नहीं लगदा। मेरे सतगुरां ने जदों उपदेश देणा आरंभ कीता ते किसी ने कहा, कोई आखे भूतना को कहे बेताला भूतना, ते बेताला कह के भी दुरकारना शुरू कीता, ते किसी ने तत्तियां तवियां ते भी बिठाया। चांदनी चौक दिल्ली की धरती से कुरबानी भी देनी पई, पुत्र वारने पे, सरबंश कुरबान करना पे, जे किसी नूं समझाउणा सी। गुरु नानक साहब महाराज बंदे दे मन नूं तब्दील करन वास्ते शब्द का परचम लहराउंदे ने, शब्द दे राही बाणी राही हौली हौली बंदे दे मन नूं प्रेरदे ने। क्योंकि धक्के नाल किसी नूं बदलण दा काम ते औरंगजेब ने भी कीता सी, धक्के दे नाल बदल रहा सी, ओह जबरन
ਧੱਕਾ ਕਰਕੇ ਤਲਵਾਰ ਦੇ ਜ਼ੋਰ ਨਾਲ ਬਦਲਣ ਦਾ ਕੰਮ ਕਰਦਾ ਹੈ, ਪਰ ਬੰਦੇ ਦੇ ਮਨ ਨੂੰ ਕਿਸੇ ਧੱਕੇ ਨਾਲ ਜ਼ੋਰ ਨਾਲ ਬਦਲਿਆ ਨਹੀਂ ਜਾ ਸਕਦਾ। ਅੱਜ ਡਰ ਕਰਕੇ ਕੋਈ ਬੰਦਾ ਕੁਝ ਸਮੇਂ ਵਾਸਤੇ ਕਿਸੇ ਦੀ ਗੱਲ ਮੰਨ ਸਕਦਾ ਹੈ, ਪਰ ਜਿੱਦਣ ਕਿਤੇ ਉਹਨੂੰ ਮੌਕਾ ਮਿਲਿਆ ਉਹ ਉਹਦੇ ਖਿਲਾਫ ਹੀ ਕੰਮ ਕਰੇਗਾ, ਸਾਹਮਣੇ ਤੇ ਭਾਵੇਂ ਜੀ ਜੀ ਕਰਦਾ ਹੋਵੇ। ਪਰ ਕਈ ਵਾਰ ਐਸਾ ਵੀ ਵੇਖਣ ਵਿੱਚ ਆਉਂਦਾ ਕਈਆਂ ਬੰਦਿਆਂ ਦਾ ਸਾਹਮਣੋ ਸਤਿਕਾਰ ਹੁੰਦਾ ਹੈ ਤੇ ਜਦੋਂ ਪਿੱਠ ਪਿੱਛੇ ਕੋਈ ਬੰਦਾ ਚਲੇ ਜਾਏ ਤੇ ਫਿਰ ਵੀ ਉਹਦਾ ਕੋਈ ਸਤਿਕਾਰ ਕਰੇ, ਗੱਲ ਤਾਂ ਬਣਦੀ ਪਿੱਠ ਪਿੱਛੇ ਸਤਿਕਾਰ ਨਹੀਂ। ਗੁਰੂ ਪਾਤਸ਼ਾਹ ਮਹਾਰਾਜ ਨੇ ਹੁਣ ਬੰਦੇ ਦੇ ਮਨ ਨੂੰ ਤਬਦੀਲ ਕਰਨਾ ਸੀ, ਗੁਰੂ ਨਾਨਕ ਸਾਹਿਬ ਨੇ, ਗੁਰੂ ਅੰਗਦ ਸਾਹਿਬ ਨੇ, ਗੁਰੂ ਅਮਰਦਾਸ ਜੀ ਮਹਾਰਾਜ ਨੇ ਹੌਲੀ ਹੌਲੀ ਕਰਕੇ ਤਿਆਰੀ ਆਰੰਭ ਕੀਤੀ, ਹੌਲੀ ਹੌਲੀ ਬੰਦੇ ਦੇ ਮਨ ਨੂੰ ਤਬਦੀਲ ਕਰਨ ਵਾਸਤੇ ਸ਼ਬਦ ਦੀ ਦਾਤ ਦਿੱਤੀ, ਬਾਣੀ ਰੂਪੀ ਦਾਤ ਦਿੱਤੀ, ਬਾਣੀ ਪੜ੍ਹਿਆ ਕਰ, ਬਾਣੀ ਵਿਚਾਰਿਆ ਕਰ, ਰੋਜ਼ ਜਿਉਂ ਜਿਉਂ ਬਾਣੀ ਪੜ੍ਹੇਗਾ, ਜਿਉਂ ਜਿਉਂ ਬਾਣੀ ਦੀ ਵਿਚਾਰ ਕਰੇਗਾ, ਹੌਲੀ ਹੌਲੀ ਮਨ ਤਬਦੀਲ ਹੋ ਜਾਏਗਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਰੰਭ ਵਿੱਚ ਇੱਕ ਵਿਚਾਰ ਦਿੱਤੀ ਸੀ, ਭਗਤ ਕਬੀਰ ਜੀ ਨੇ ਜਿਹੜਾ ਸ਼ਬਦ ਕਿਹਾ ਨਾ, ਖਾਲਸਾ ਉਹ ਹੈ ਜਿਹਦੇ ਅੰਦਰ ਪਰਮਾਤਮਾ ਦੀ ਪ੍ਰੇਮਾ ਭਗਤੀ ਹੈ ਤੇ ਪ੍ਰੇਮਾ ਭਗਤੀ ਅੰਦਰ ਟਿਕਾਉਣ ਕਰਕੇ ਜਿਹੜਾ ਖਾਲਸਾ ਬਣਦਾ ਹੈ। ਗੁਰੂ ਨਾਨਕ ਸਾਹਿਬ ਨੇ ਪ੍ਰੇਮਾ ਭਗਤੀ ਦੇ ਰਾਹ ਤੇ ਚੱਲਣ ਦਾ ਪਹਿਲਾ ਤਰੀਕਾ ਦੱਸਿਆ, ਜਿਹੜਾ ਕਹਿੰਦਾ ਹੈ ਨਾ ਮੈਂ ਪਰਮਾਤਮਾ ਨਾਲ ਪ੍ਰੇਮ ਕਰਦਾ ਉਹ ਖਾਲਸਾ ਹੈ, ਪਰ ਕਹਿਣਾ ਤੇ ਕਰਨਾ ਦੋਵਾਂ ਵਿੱਚ ਬੜਾ ਫਰਕ ਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਜਿਹੜਾ ਕਹਿੰਦਾ ਹੈ ਮੈਂ ਪ੍ਰੇਮ ਕਰਦਾ ਤੇ ਗੁਰੂ ਸਾਹਿਬ ਕਹਿੰਦੇ ਫਿਰ ਪ੍ਰੇਮ ਕਰਨ ਵਾਲੇ ਬੰਦੇ ਪ੍ਰੇਮੀ ਜਿਹੜੇ ਹੁੰਦੇ ਨੇ ਉਹ ਤਿਆਗ ਕਰਨ ਤੋਂ ਕਦੀ ਪਿੱਛੇ ਨਹੀਂ ਹਟਦੇ। ਪ੍ਰੇਮੀ ਦੀ ਅਵਸਥਾ ਕਦੀ ਲੈਣਾ ਨਹੀਂ ਜਾਣਦੇ, ਖੋਣਾ ਨਹੀਂ ਜਾਣਦੇ, ਪ੍ਰੇਮੀ ਤੇ ਕੇਵਲ ਦੇਣਾ ਹੀ ਜਾਣਦੇ ਨੇ। ਤੇ ਸਤਿਗੁਰਾਂ ਨੇ ਕਿਹਾ ਜੇ ਤੂੰ ਖਾਲਸਾ ਬਣਨਾ ਹੈ, ਭਗਤ ਕਬੀਰ ਜੀ ਦੇ ਬਚਨ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੇ ਜਾਣੀ, ਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਪ੍ਰੇਮ ਦੀ ਖੇਡ ਜੇ ਖੇਡਣੀ ਹੈ ਤੇ ਇੱਥੇ ਕਿਤੇ ਪਲਾਸਟਿਕ ਦੀ ਗੇਂਦ ਨਹੀਂ, ਰਬੜ ਦੀ ਗੇਂਦ ਨਹੀਂ, ਕੱਪੜੇ ਦੀ ਗੇਂਦ ਨਹੀਂ, ਜੇ ਪ੍ਰੇਮ ਦੀ ਖੇਡ ਖੇਡਣਾ ਚਾਹੁੰਦਾ ਹੈ ਤਾਂ ਉਹਦੇ ਸੀਸ ਨੂੰ ਤਲੀ ਤੇ ਰੱਖ ਕੇ ਆ, ਆਪਣੇ ਸੀਸ ਨੂੰ ਗੇਂਦ ਬਣਾ ਕੇ ਲੈ ਕੇ ਆ, ਤਾਂ ਇਹ ਪ੍ਰੇਮ ਦੀਆਂ ਖੇਡਾਂ ਖੇਡੀਆਂ ਜਾਣਗੀਆਂ। ਗੁਰੂ ਨਾਨਕ ਸਾਹਿਬ ਨੇ ਪਹਿਲੇ ਜਾਮੇ 'ਚ ਸ਼ਬਦ ਦ੍ਰਿੜ ਕਰਾਇਆ, ਜੋ ਤੋ ਪ੍ਰੇਮ ਖੇਲਣ ਦਾ ਚਾਓ, ਚਾਓ ਸ਼ਬਦ ਨੂੰ ਜਿਹੜਾ ਧਿਆਨ ਨਾਲ ਜ਼ਰੂਰ ਪੜ੍ਹੀਏ, ਇੱਥੇ ਕਿਸੇ 'ਤੇ ਦਬਾਅ ਨਹੀਂ ਹੈ, ਕਿਸੇ ਤੇ ਪ੍ਰੈਸ਼ਰ ਨਹੀਂ ਪਾਇਆ ਗਿਆ ਕਿ ਤੂੰ ਜਬਰਨ ਇਹ ਕੰਮ ਕਰ। ਕਹਿੰਦੇ ਜੇ ਤੇਰੇ ਅੰਦਰ ਚਾਹ ਹੈ ਮੈਂ ਪ੍ਰੇਮ ਦੀ ਖੇਡ ਖੇਡਣੀ ਹੈ, ਰੱਬ ਨਾਲ ਪਿਆਰ ਪਾਉਣਾ ਹੈ, ਕਹਿੰਦੇ ਪ੍ਰੇਮ ਦੀ ਖੇਡ ਖੇਡਣ ਦਾ ਚਾਓ ਹੈ, ਜੋ ਤੋ ਪ੍ਰੇਮ ਖੇਲਣ ਦਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਕਹਿੰਦੇ ਸੀਸ ਤਲੀ ਤੇ ਰੱਖ ਕੇ ਮੇਰੀ ਗਲੀ ਜਾਏ, ਤੂੰ ਮਾਰਗ ਪੈਰ ਧਰੀਜੇ, ਜੇ ਪ੍ਰੇਮ ਦੀ ਖੇਡ ਖੇਡਣੀ ਇਸ ਰਸਤੇ ਤੇ ਚੱਲ ਪਿਆ, ਸਿਰ ਦੀਜੇ ਕਾਣ ਨਾ ਕੀਜੇ, ਕਹਿੰਦੇ ਕਦੀ ਆਨਾ ਕਾਨੀ ਨਾ ਕਰੀ, ਸਿਰ ਦੇਣ ਤੋਂ ਪਿੱਛੇ ਨਾ ਹਟੀਏ, ਤਾਂ ਸਿਰ ਦੀ ਬਾਜੀ ਦੇ ਕਰਕੇ ਪ੍ਰੇਮ ਦੀ ਖੇਡ ਵਿੱਚ ਜਿੱਤ ਪ੍ਰਾਪਤ ਹੁੰਦੀ ਹੈ। ਇਹ ਸੰਸਾਰ ਦੇ ਵਿੱਚ ਆਇਆ ਹੈ, ਮਾਲਕ ਦਾ ਦਰ ਪ੍ਰਾਪਤ ਕਰਨਾ ਚਾਹੁੰਦਾ, ਖਾਲਸਾ ਬਣਨਾ ਚਾਹੁੰਦਾ ਹੈ, ਤੇ ਖਾਲਸਾ ਸਿਰ ਦਿੱਤਿਆਂ ਬਗੈਰ ਨਹੀਂ ਬਣਿਆ ਜਾ ਸਕਦਾ। ਖਾਲਸੇ ਦੀ ਸਾਜਨਾ ਸਿਰ ਦਿੱਤੇ ਤੋਂ ਬਗੈਰ ਨਹੀਂ ਹੋਈ, ਇਹ ਸਿਰ ਦਿੱਤੇ ਨੇ ਤਾਂ ਖਾਲਸੇ ਦੀ ਸਾਜਨਾ ਹੋਈ। ਸੋ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ 30 ਮਾਰਚ ਸਨ 1699 ਦੀ ਵਿਸਾਖੀ ਵਾਲਾ ਦਿਨ ਹੈ, ਜਿੱਦਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਹੈ, ਇਸ ਧਰਤੀ ਤੇ ਕੇਸਗੜ੍ਹ ਸਾਹਿਬ ਅੱਜ ਆਪਾਂ ਉਸ ਥਾਂ ਨੂੰ ਜਾਣਦੇ ਹਾਂ, ਇਹ ਖੁੱਲਾ ਮੈਦਾਨ ਹੋਇਆ ਕਰਦਾ ਸੀ, ਉੱਚੀ ਥਾਂ ਤੇ ਸਤਿਗੁਰਾਂ ਨੇ ਸਟੇਜ ਸਜਾਈ ਤੇ ਸਜੀ ਹੋਈ ਸਟੇਜ ਤੇ ਆਸਾ ਕੀ ਵਾਰ ਦੇ ਦੀਵਾਨ ਦੀ ਸਮਾਪਤੀ ਹੋਈ ਤੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਹੱਥ ਵਿੱਚ ਨੰਗੀ ਸ਼ਮਸ਼ੀਰ ਪਕੜੀ ਤੇ ਨੰਗੀ ਸ਼ਮਸ਼ੀਰ ਪਕੜ ਕੇ ਜਦੋਂ ਸਟੇਜ ਤੇ ਆਏ, ਇੱਕੋਦਮ ਮੇਰੇ ਸਤਿਗੁਰ ਪਾਤਸ਼ਾਹ ਨੇ ਲਲਕਾਰ ਕੇ ਆਵਾਜ਼ ਮਾਰੀ ਕਿ ਗੁਰੂ ਦਾ ਇੱਕ ਕਾਰਜ ਹੈ ਜਿਹੜਾ ਸੀਸ ਦਿੱਤੇ ਤੋਂ ਬਗੈਰ ਨਹੀਂ ਚੱਲਣਾ, ਤੇ ਜਿਹੜਾ ਗੁਰੂ ਦਾ ਪਿਆਰਾ ਹੈ ਆ ਕਰਕੇ ਆਪਣਾ ਸੀਸ ਗੁਰੂ ਵਾਸਤੇ ਭੇਟ ਕਰਨਾ ਕਰੇ। ਹੁਣ ਇੱਥੇ ਆਪਾਂ ਕਈ ਵਾਰ ਇਹ ਸਾਖੀਆਂ ਸੁਣਦੇ ਹਾਂ, ਕਈ ਵਾਰ ਇਹ ਗੱਲਾਂ ਸੁਣਦੇ ਹਾਂ, ਕਈ ਜਣੇ ਭੱਜ ਗਏ, ਭਾਜਣਾ ਪੈ ਗਈਆਂ, ਟੈਂਟ ਖਾਲੀ ਹੋ ਗਿਆ, ਸਤਿਗੁਰੂ ਜੀ ਆਵਾਜ਼ਾਂ ਮਾਰਦੇ ਨੇ। ਦਰਅਸਲ ਪਿਆਰੇ ਭੱਜਣ ਵਾਲੇ ਵੀ ਕਈ ਹੋਣਗੇ, ਪਰ ਜਿਹੜੇ ਗੁਰੂ ਨਾਲ ਪਿਆਰ ਪਾਉਣ ਵਾਲੇ ਨੇ ਉਹਨਾਂ ਵਾਸਤੇ ਤੇ ਸਿਦਕ ਵਾਸਤੇ ਪਹਿਰਾ ਦੇਣ ਦੀ ਗੱਲ ਸੀ। ਕਦੀ ਆਪਾਂ ਭਾਈ ਵੀਰ ਸਿੰਘ, ਧੀਰ ਸਿੰਘ ਉਹਨਾਂ ਦੀ ਸਾਖੀ ਕਿਤੇ ਅਜਾਇਬ ਘਰਾਂ 'ਚ ਆਪਾਂ ਤਸਵੀਰ ਵੇਖੀਏ, ਜਦੋਂ ਸਤਿਗੁਰਾਂ ਦੇ ਕੋਲ ਭਾਈ ਦੱਲੇ ਦੇ ਸਮੇਂ ਦੀ ਉਹ ਸਾਖੀ ਹੈ, ਭਾਈ ਦੱਲਾ ਜਿਹੜਾ ਸਤਿਗੁਰੂ ਪਾਤਸ਼ਾਹ ਮਹਾਰਾਜ ਇਹਦੇ ਘਰ 'ਚ ਜਦੋਂ ਪਹੁੰਚੇ ਨੇ, ਜਦੋਂ ਉਹਨੇ ਕਿਹਾ ਸੀਗਾ ਕਿ ਸਤਿਗੁਰੂ ਜੀ ਚਮਕੌਰ ਦੀ ਜੰਗ ਜਾਂ ਹੋਰ ਸਮੇਂ 'ਚ ਕਿਤੇ ਤੁਸੀਂ ਮੈਨੂੰ ਆਵਾਜ਼ ਮਾਰ ਲੈਂਦੇ ਨਾ ਤੇ ਮੇਰੇ ਯੋਧੇ ਬੜੇ ਤਕੜੇ ਨੇ, ਸਤਿਗੁਰੂ ਜੀਓ ਇਹ ਤੁਹਾਡੇ ਵਾਸਤੇ ਸਭ ਕੁਝ ਵਾਰਨ ਵਾਸਤੇ ਤਿਆਰ ਸੀ, ਤੁਹਾਨੂੰ ਆਨੰਦਪੁਰ ਨਾ ਕਦੀ ਛੱਡਣਾ ਪੈਂਦਾ। ਮੇਰੇ ਸਤਿਗੁਰੂ ਪਾਤਸ਼ਾਹ ਦੇ ਕੋਲ ਕਿਸੇ ਨੇ ਉਸ ਵਕਤ ਇੱਕ ਰਫਲ ਭੇਟ ਕੀਤੀ, ਬੰਦੂਕ, ਤੇ ਸਤਿਗੁਰਾਂ ਨੇ ਕਿਹਾ ਅਸੀਂ ਇਸ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ।
ਤੇ ਸਤਿਗੁਰਾਂ ਨੇ ਕਿਹਾ ਭਾਈ ਦੱਲਿਆ ਬਲਾ ਆਪਣੇ ਕਿਸੇ ਯੋਧੇ ਨੂੰ ਅਸੀਂ ਨਿਸ਼ਾਨਾ ਪਰਖਣਾ ਹੈ। ਪਰ ਭਾਈ ਦੱਲੇ ਦੇ ਜਿਹੜੇ ਯੋਧੇ ਸੀ ਕਹਿਣ ਲੱਗੇ ਜੀ ਨਿਸ਼ਾਨਾ ਹੀ ਸਤਿਗੁਰਾਂ ਨੇ ਪਰਖਣਾ ਹੈ, ਕਿਸੇ ਪਸ਼ੂ ਤੇ ਪਰਖ ਲੈਣ, ਕਿਸੇ ਪੰਛੀ ਤੇ ਪਰਖ ਲੈਣ, ਬੰਦੇ ਕਿਉਂ ਮਾਰਨਾ ਚਾਹੁੰਦੇ ਨੇ। ਭਾਈ ਦੱਲੇ ਦੇ ਜਿੰਨੇ ਯੋਧੇ ਸੀ ਜਵਾਬ ਦੇ ਗਏ ਸਨ, ਪਰ ਜਦ ਸਤਿਗੁਰਾਂ ਨੇ ਕਿਹਾ ਸੀ ਕਿ ਜਾ ਹੁਣ ਮੇਰੇ ਇੱਕ ਸਿੱਖ ਦੇ ਵਿੱਚੋਂ ਕਿਸੇ ਨੂੰ ਜਾ ਕੇ ਆਵਾਜ਼ ਮਾਰ ਦੇ, ਕਹਿੰਦੇ ਜਿਹਦੀ ਆਵਾਜ਼ ਕਿਸੇ ਦੇ ਵੀ ਜਾ ਕੇ ਸਿੱਖਾਂ ਨੂੰ ਸੁਣਾ ਦੇ ਕਿ ਸਤਿਗੁਰਾਂ ਨੇ ਬੰਦੂਕ ਦੇ ਨਾਲ ਨਿਸ਼ਾਨਾ ਪਰਖਣਾ ਹੈ, ਗੋਲੀ ਚਲਾ ਕਰਕੇ ਕੋਈ ਸਿੱਖ ਨਿਸ਼ਾਨਾ ਪਰਖਣ ਵਾਸਤੇ ਸਾਹਮਣੇ ਆਵੇ। ਤੇ ਜਦੋਂ ਸਤਿਗੁਰਾਂ ਦਾ ਹੁਕਮ ਉਸ ਸਿੱਖਾਂ ਨੂੰ ਜਾ ਕੇ ਸੁਣਾਇਆ, ਭਾਈ ਵੀਰ ਸਿੰਘ ਤੇ ਧੀਰ ਸਿੰਘ ਦੋਵੇਂ ਪਿਓ ਪੁੱਤਰ ਅਜੇ ਦਸਤਾਰਾਂ ਸਜਾ ਰਹੇ ਨੇ, ਪੂਰੀਆਂ ਸਜਾਈਆਂ ਨੇ, ਹੁਕਮ ਸੁਣਨ ਦੀ ਦੇਰ ਸੀ, ਅਗਲ ਵਾਂਡੀ ਭੱਜ ਪਏ, ਭੱਜੇ ਆਏ ਤੇ ਇੱਕ ਦੂਜੇ ਦੇ ਤਾਂ ਠਾਂ ਹੋ ਕਰਕੇ ਕਿ ਪਹਿਲਾ ਹੁਕਮ ਮੈਂ ਸੁਣਿਆ ਸਤਿਗੁਰੂ ਜੀ, ਪਹਿਲਾ ਹੁਕਮ ਮੈਂ ਸੁਣਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਜਿਹੜੇ ਆ ਕੇ ਕਿ ਸਤਿਗੁਰੂ ਜੀ ਪਹਿਲਾ ਹੁਕਮ ਮੈਂ ਸੁਣਿਆ, ਨਿਸ਼ਾਨਾ ਪਰਖਣਾ, ਗੋਲੀ ਮੇਰੇ ਸੀਨੇ ਤੇ ਚਲਾਓ। ਤੇ ਪਿਤਾ ਕਹਿੰਦਾ ਜੀ ਮੈਂ ਪਹਿਲਾਂ ਮੈਂ ਹੁਕਮ ਤੁਹਾਡਾ ਸੁਣਿਆ, ਇਸ ਕਰਕੇ ਮੇਰਾ ਹੱਕ ਬਣਦਾ, ਨਿਸ਼ਾਨਾ ਮੇਰੇ ਤੇ ਚਲਾਓ। ਕਦੀ ਅਜਾਇਬ ਘਰਾਂ 'ਚ ਵੇਖਿਓ, ਪਿਓ ਪੁੱਤਰ ਸਾਹਮਣੇ ਖੜੇ ਨੇ, ਸਤਿਗੁਰੂ ਜੀ ਬੰਦੂਕ ਤਾਣ ਕਰਕੇ ਨਿਸ਼ਾਨਾ ਲਾਉਂਦੇ ਨੇ। ਫਿਰ ਸਤਿਗੁਰਾਂ ਨੇ ਉਹਨਾਂ ਨੂੰ ਕਤਾਰ ਵਿੱਚ ਖੜਾ ਕੀਤਾ, ਉਹਨਾਂ ਵੱਲ ਨਿਸ਼ਾਨਾ ਲਾਇਆ ਤੇ ਜਿਹੜੀ ਗੋਲੀ ਸੀ ਹਵਾ ਦੇ ਵਿੱਚ ਸਾਹਿਬਾਂ ਨੇ ਚਲਾ ਦਿੱਤੀ। ਤੇ ਡੱਲਾ ਹੈਰਾਨ ਸੀ ਕਿ ਇਹ ਸਤਿਗੁਰਾਂ ਦੇ ਕਿਹੋ ਜਿਹੇ ਸਿੱਖ ਨੇ, ਕੇਵਲ ਨਿਸ਼ਾਨਾ ਪਰਖਣ ਵਾਸਤੇ, ਜਾਨ ਦੇਣ ਵਾਸਤੇ ਤਿਆਰ ਨੇ। ਇਹ ਸਿੱਖ ਗੁਰੂ ਕੇ ਸਿਦਕੀ ਸਨ ਤੇ 1699 ਦੀ ਵਿਸਾਖੀ ਵਾਲੇ ਦਿਨ ਵੀ ਭਾਜਣਾ ਜਿਨ੍ਹਾਂ ਦੇ ਵਿੱਚ ਪਈਆਂ ਉਹਨਾਂ ਦੀ ਇੱਕ ਅਵਸਥਾ ਸੀ। ਉਹ ਕੌਣ ਸਨ ਜਿਹੜੇ ਭੱਜੇ ਸਨ? ਅੱਜ ਦੇ ਸਮੇਂ 'ਚ ਵੀ ਉਹੋ ਜਿਹੇ ਹੋਣਗੇ। ਤੇ ਜਿਹੜੇ ਸੀਸ ਦੇਣ ਵਾਲੇ ਸੀ ਉਹਨਾਂ ਵਿੱਚੋਂ ਅੱਜ ਵੀ ਗੁਰੂ ਕੇ ਬੜੇ ਪਿਆਰੇ ਨੇ, ਜਿਹੜੇ ਗੁਰੂ ਵਾਸਤੇ ਸੀਸ ਦੇਣ ਵਾਸਤੇ ਤਿਆਰ ਹੋ ਜਾਣਗੇ। ਭੱਜਣ ਵਾਲੇ ਉਹ ਸਨ ਜਿਹੜੇ ਦੀਵਾਨ ਦੀ ਸਮਾਪਤੀ ਤੇ ਪਹੁੰਚਦੇ ਸਨ, ਕੇਵਲ ਕੜਾਹ ਪ੍ਰਸ਼ਾਦ ਛਕਣ ਜਾਂ ਗੁਰੂ ਕਾ ਲੰਗਰ ਛਕਣ ਦੇ ਸਮੇਂ। ਭੱਜਣ ਵਾਲੇ ਉਹ ਸਨ ਜਿਹੜੇ ਪੁੱਛਦੇ ਨੇ, ਸਰ ਭਾਈ ਸਾਹਿਬ ਸਮਾਪਤੀ ਦੀਵਾਨ ਦੀ ਕਦੋਂ ਹੋਏਗੀ ਤੇ ਲੰਗਰ ਕਿਹੜੇ ਵੇਲੇ ਵਰਤਾਇਆ ਜਾਏਗਾ? ਪਰ ਉਹ ਨਹੀਂ ਸੀ ਭੱਜਣ ਵਾਲੇ ਜਿਹੜੇ ਪੁੱਛਦੇ ਨੇ ਦੀਵਾਨ ਦੀ ਆਰੰਭਤਾ ਕਦੋਂ ਹੋਣੀ ਹੈ, ਆਰੰਭ ਕਦੋਂ। ਸਮਾਪਤੀ ਨੂੰ ਪੁੱਛਣ ਵਾਲਾ ਉਦੋਂ ਵੀ ਭੱਜਿਆ ਤੇ ਅੱਜ ਵੀ ਭੱਜੇਗਾ, ਤੇ ਜਿਹੜਾ ਦੀਵਾਨ ਦੀ ਆਰੰਭਤਾ ਦਾ ਸਮਾਂ ਪੁੱਛਦਾ ਹੈ ਨਾ ਉਦੋਂ ਭੱਜਿਆ ਤੇ ਨਾ ਅੱਜ ਭੱਜੇਗਾ। ਇਹ ਚੇਤੇ ਰੱਖੀਏ, ਭੱਜੇ ਕੌਣ? ਜਿਨ੍ਹਾਂ ਨੇ ਕਦੀ ਦੀਵਾਨ ਵਿੱਚ ਬੈਠ ਕੇ ਗੁਰੂ ਦਾ ਉਪਦੇਸ਼ ਨਹੀਂ ਸੁਣਿਆ, ਜਿਨ੍ਹਾਂ ਕਦੀ ਗੁਰੂ ਦਾ ਸੰਦੇਸ਼ ਨਹੀਂ ਸੁਣਿਆ, ਉਹਨਾਂ ਵਾਸਤੇ ਹੁਕਮ ਵੱਖਰਾ ਸੀ ਕਿ ਸਤਿਗੁਰੂ ਜੀ ਦੇ ਸੀਸ ਮੰਗ ਰਹੇ ਨੇ। ਪਰ ਜਿਹੜੇ ਦੀਵਾਨਾਂ ਵਿੱਚ ਹਾਜ਼ਰ ਹੋ ਕੇ ਗੁਰੂ ਦਾ ਉਪਦੇਸ਼ ਸੁਣਦੇ ਸੀ, ਜਿਹੜੇ ਰੋਜ਼ ਗਾਉਂਦੇ ਸੀ, ਰੋਜ਼ ਪੜ੍ਹਦੇ ਸਨ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੇ ਕਾਣ ਨਾ ਕੀਜੈ, ਜਿਹਨਾਂ ਪੜ੍ਹਿਆ ਗੁਰੂ ਅੰਗਦ ਸਾਹਿਬ ਦਾ ਉਪਦੇਸ਼, ਜਿਸ ਪਿਆਰੇ ਸਿਉ ਨੇ ਤੇ ਆਗੇ ਪਰ ਚੱਲੀਏ, ਤ੍ਰਿਕ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ, ਜਿਹਨਾਂ ਨੇ ਪੜ੍ਹਿਆ ਗੁਰੂ ਅਮਰਦਾਸ ਪਾਤਸ਼ਾਹ ਦਾ ਪਾਵਨ ਬਚਨ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ, ਜਿਹਨਾਂ ਸੁਣਿਆ ਗੁਰੂ ਰਾਮਦਾਸ ਪਾਤਸ਼ਾਹ ਦਾ ਪਾਵਨ ਬਚਨ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਜਿਹਨਾਂ ਸੁਣਿਆ ਗੁਰੂ ਅਰਜਨ ਸਾਹਿਬ ਦਾ ਪਾਵਨ ਬਚਨ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡੇ ਆਸ, ਹੋ ਸਭਨਾ ਕੀ ਰੇਣੁਕਾ ਤਾਂ ਆਓ ਹਮਾਰੇ ਪਾਸ। ਜਿਹੜੇ ਸਤਿਗੁਰਾਂ ਦੇ ਪਾਵਨ ਬਚਨਾਂ ਨੂੰ ਧਿਆਨ ਨਾਲ ਸੁਣਿਆ, ਉਹਦੇ ਵਾਸਤੇ ਕੋਈ ਵੱਖਰਾ ਤੇ ਨਵਾਂ ਕੰਮ ਨਹੀਂ ਸੀ। ਉਹਦੇ ਵਾਸਤੇ ਅੱਜ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਸਟੇਜ ਤੇ ਖੜੇ ਨੇ ਤੇ ਆਵਾਜ਼ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਵਿੱਚੋਂ ਮਾਰ ਰਹੇ ਨੇ। ਸੀਸ ਦੀ ਮੰਗ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਤੀ ਹੈ ਤੇ ਉਹਨਾਂ ਵਾਸਤੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਕੇਸਗੜ੍ਹ ਸਾਹਿਬ ਦੇ ਮੈਦਾਨ ਦੇ ਵਿੱਚ ਖੜੇ ਨਹੀਂ, ਉਹਨਾਂ ਵਾਸਤੇ ਗੁਰੂ ਨਾਨਕ ਸਾਹਿਬ ਹੀ ਸਾਹਮਣੇ ਖੜੇ ਨੇ। ਮੈਂ ਇੱਕ ਬੇਨਤੀ ਕਰਦੇ ਹਾਂ, ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਆਵਾਜ਼ ਵੱਖਰੀ ਨਹੀਂ। ਜੋ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਉਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ। ਜੇ ਮੈਂ ਆਪ ਜੀ ਦੇ ਸਾਹਮਣੇ ਇੱਕ ਗੱਲ ਕਹਿ ਦਿਆਂ, ਥੋੜਾ ਜਿਹਾ ਧਿਆਨ ਦੇਣਾ, ਕੋਈ ਸਾਰੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਜੇ ਮੈਂ ਆਪ ਜੀ ਦੇ ਸਾਹਮਣੇ ਗੱਲ ਆਖਾਂ ਕਿ ਭੰਗਾਣੀ ਦਾ ਮੈਦਾਨ ਹੈ ਤੇ ਯੁੱਧ ਦੇ ਮੈਦਾਨ ਦੇ ਵਿੱਚ, ਹੁਣ ਆਪ ਜੀ ਨੂੰ ਪਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਜੰਗ ਦੇ ਮੈਦਾਨ ਦੇ ਵਿੱਚ ਜਿਹੜੇ ਪਹਿਲਾ ਜੰਗ ਹੀ ਭੰਗਾਣੀ ਦਾ ਜੰਗ ਸੀ, ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਸਭ ਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਮੋਦੀ ਖਾਨੇ ਵਿੱਚ 13-13 ਕਹਿ ਕੇ ਤੋਲਦੇ ਰਹੇ ਸੁਲਤਾਨਪੁਰ ਦੀ ਧਰਤੀ ਤੇ, 13-13 ਕਹਿ ਕੇ ਤੋਲਣ ਵਾਲੇ ਸੀ ਗੁਰੂ ਨਾਨਕ ਸਾਹਿਬ ਮਹਾਰਾਜ, ਤੇ ਦਸ਼ਮੇਸ਼ ਪਿਤਾ ਨੇ ਭੰਗਾਣੀ ਦੇ ਜੰਗ ਦੇ ਮੈਦਾਨ ਵਿੱਚ ਸ਼ਮਸ਼ੀਰ ਪਕੜ ਕੇ ਤੇ ਜੰਗ ਦੇ ਮੈਦਾਨ ਦੇ ਵਿੱਚ ਜ਼ਾਲਮਾਂ ਦੇ ਛੱਕੇ ਛੁੜਾਏ। ਤੇ ਜੇ ਮੈਂ ਆਖਾਂ ਸੁਲਤਾਨਪੁਰ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ 13-13 ਤੋਲ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਭੰਗਾਣੀ ਦੇ ਜੰਗ ਦੇ ਮੈਦਾਨ ਵਿੱਚ ਹੱਥ ਵਿੱਚ ਸ਼ਮਸ਼ੀਰ ਪੜ ਕੇ ਦੁਸ਼ਮਣਾਂ ਦੇ ਆਹੂ ਲਾ ਰਹੇ ਨੇ,
ਤੇ ਤੁਸੀਂ ਆਖੋਗੇ ਭਾਈ ਸਾਹਿਬ ਨੂੰ ਇਤਿਹਾਸ ਦਾ ਨਹੀਂ ਪਤਾ, ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਨੇ। ਗੁਰੂ ਨਾਨਕ ਸਾਹਿਬ ਪਹਿਲਾਂ ਹੋਏ, ਗੁਰੂ ਗੋਬਿੰਦ ਸਿੰਘ ਮਹਾਰਾਜ ਬਾਅਦ ਵਿੱਚ ਹੋਏ, ਤੇ ਭਾਈ ਸਾਹਿਬ ਕਹਿ ਰਹੇ ਨੇ ਗੁਰੂ ਗੋਬਿੰਦ ਸਿੰਘ ਜੀ 13-13 ਤੋੜ ਰਹੇ ਨੇ ਸੁਲਤਾਨਪੁਰ ਦੀ ਧਰਤੀ ਤੇ। ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਉਦਾਸੀਆਂ ਕੀਤੀਆਂ ਤੇ ਗੁਰੂ ਨਾਨਕ ਸਾਹਿਬ ਜੀ ਨੇ 14 ਜੰਗਾਂ ਲੜੀਆਂ। ਪਰ ਜਿਹਨੇ ਕਦੇ ਗੁਰੂ ਦੀ ਬਾਣੀ ਨਾਲ ਚਿੱਤ ਜੋੜ ਲਿਆ ਉਹਦੇ ਵਾਸਤੇ ਇਹ ਅਨੋਖੀ ਤੇ ਵੱਖਰੀ ਗੱਲ ਨਹੀਂ, ਕਿਉਂਕਿ ਉਹਦੇ ਵਾਸਤੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਿੱਚ ਫਰਕ ਨਹੀਂ। ਸਰੀਰਾਂ ਕਰਕੇ ਭਿੰਨਤਾ ਸਾਨੂੰ ਨਜ਼ਰ ਆਉਂਦੀ ਹੈ, ਸਾਨੂੰ ਨਾਵਾਂ ਕਰਕੇ ਭਿੰਨਤਾ ਨਜ਼ਰ ਆਉਂਦੀ ਹੈ, ਪਰ ਇੱਕ ਗੱਲ ਚੇਤੇ ਰੱਖਿਓ, ਜੇ ਕਦੇ ਗੁਰੂ ਕੀ ਬਾਣੀ ਪੜ੍ਹਦੇ ਹੋ ਨਾ, ਤੇ ਕੋਈ ਦੱਸੇ ਕਦੀ ਵੀ ਬਾਣੀ ਪੜ੍ਹਦਿਆਂ ਹੋਇਆ ਕਿਸੇ ਹੋਰ ਸਤਿਗੁਰੂ ਪਾਤਸ਼ਾਹ ਨੇ ਆਪਣੇ ਨਾਂ ਦੇ ਨਾਲ ਕੋਈ ਸ਼ਬਦ ਵਰਤਿਆ ਆਪਣੇ ਨਾਂ ਦਾ, ਜੇ ਗੁਰੂ ਨਾਨਕ ਸਾਹਿਬ ਬਾਣੀ ਉਚਾਰਦੇ ਨੇ ਉੱਥੇ ਵੀ ਨਾਨਕ ਸ਼ਬਦ ਹੈ, ਜੇ ਗੁਰੂ ਅੰਗਦ ਸਾਹਿਬ ਨੇ ਬਾਣੀ ਉਚਾਰੀ, ਗੁਰੂ ਅਮਰਦਾਸ ਜੀ ਨੇ, ਗੁਰੂ ਰਾਮਦਾਸ ਜੀ ਨੇ, ਗੁਰੂ ਅਰਜਨ ਸਾਹਿਬ ਨੇ, ਗੁਰੂ ਤੇਗ ਬਹਾਦਰ ਸਾਹਿਬ ਨੇ, ਤੇ ਉਹਨਾਂ ਨੇ ਵੀ ਨਾਨਕ ਸ਼ਬਦ ਹੀ ਵਰਤਿਆ। ਜੇ ਸਤਿਗੁਰਾਂ ਨੇ ਆਪਣੇ ਵਿੱਚ ਕੋਈ ਫਰਕ ਨਹੀਂ ਜਾਣਿਆ, ਭਾਵ ਉੱਥੇ ਨਾਨਕ ਸ਼ਬਦ ਵਰਤ ਕੇ ਇੱਕ ਗੱਲ ਦ੍ਰਿੜ ਕਰਾਈ ਕਿ ਜੋਤ ਉਹ ਜੁਗਤ ਸਾਏ, ਸ਼ੈਕਾਇਆ ਫਿਰ ਪਲਟੀਏ ਕੇਵਲ ਸਰੀਰ ਬਦਲਨੇ ਨੇ, ਜੋਤ ਜੁਗਤ ਵਿਚਾਰ ਧਾਰਾ ਉਪਦੇਸ਼ ਸੰਦੇਸ਼ ਕਿਸੇ ਵਿੱਚ ਅੰਤਰ ਨਹੀਂ। ਅਸੀਂ ਕਿਵੇਂ ਕਹਿ ਸਕਦੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਖਰੇ ਨੇ? ਸੋ ਆਵਾਜ਼ ਗੁਰੂ ਨਾਨਕ ਸਾਹਿਬ ਦੀ ਸੀ, ਅੱਜ ਕਲਗੀਧਰ ਪਾਤਸ਼ਾਹ ਦਾ ਸਰੀਰ ਹੈ ਤੇ ਸਰੀਰਕ ਜਾਮਾ ਪਾ ਕੇ ਅੱਜ ਵੀ ਉਹੀ ਆਵਾਜ਼ ਗੁਰੂ ਨਾਨਕ ਸਾਹਿਬ ਵਾਲੀ ਸਟੇਜ ਤੇ ਆਵਾਜ਼ ਵਾਲੀ, ਜੋ ਤੋ ਪ੍ਰੇਮ ਖੇਲਣ ਕਾ ਜਾਓ ਸਿਰ ਤਰ ਤਲੀ ਗਲੀ ਮੇਰੀ ਆਓ, ਤੇ ਫਿਰ ਇੱਕ ਨਹੀਂ ਵਾਰੀ ਵਾਰੀ ਕਰਕੇ ਸਤਿਗੁਰਾਂ ਦੇ ਸਾਹਮਣੇ ਜਦੋਂ ਸਿੱਖਾਂ ਨੇ ਸੀਸ ਭੇਟ ਕੀਤੇ ਤੇ ਪੰਜ ਸਿੱਖਾਂ ਦੇ ਸੀਸ ਸਾਹਿਬਾਂ ਨੇ ਪ੍ਰਵਾਨ ਕੀਤੇ, ਤੇ ਜਿਨ੍ਹਾਂ ਦੇ ਸੀਸ ਪ੍ਰਵਾਨ ਕੀਤੇ ਉਹਨਾਂ ਨੂੰ ਮੇਰੇ ਸਾਹਿਬ ਨੇ ਨਾਂ ਦਿੱਤਾ ਕਿ ਮੇਰੇ ਪਿਆਰੇ ਨੇ, ਜਿਹੜੇ ਸਤਿਗੁਰਾਂ ਵਾਸਤੇ ਆਪਣਾ ਸੀਸ ਭੇਟ ਕਰਦੇ ਨੇ। ਹੁਣ ਮੇਰੇ ਕਲਗੀਧਰ ਪਾਤਸ਼ਾਹ ਨੇ ਉਹਨਾਂ ਨੂੰ ਸੋਹਣਾ ਸਰੂਪ ਦੇ ਕਰਕੇ, ਹੁਣ ਇੱਕ ਬੇਨਤੀ ਹੈ, ਕਲਗੀਧਰ ਪਾਤਸ਼ਾਹ ਨੇ ਸੀਸ ਦੀ ਮੰਗ ਕੀਤੀ। ਸੱਜਣ ਕਹਿਣ ਵਾਲੇ ਕਹਿ ਦਿੰਦੇ ਨੇ ਕਿ ਉੱਥੇ ਬੱਕਰੇ ਝਟਕਾਏ ਗਏ, ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਸੀਸ ਲਏ ਜਾਂ ਨਹੀਂ ਲਏ। ਇੱਕ ਗੱਲ ਤਾਂ ਚੰਗੀ ਤਰੀਕੇ ਨਾਲ ਸਮਝ ਲੈਣਾ ਕਿ ਜਿਹੜੀ ਸਤਿਗੁਰੂ ਦੀ ਇੱਕ ਵਡਿਆਈ ਹੈ, ਸੂਰ ਵੀਰ ਬਚਨ ਕੇ ਬਲੀ, ਸਤਿਗੁਰੂ ਬਚਨ ਦਾ ਬਲੀ ਹੈ, ਤੇ ਜਿਹੜੇ ਕਲਗੀਧਰ ਪਾਤਸ਼ਾਹ ਇੱਕ ਮਰਦ ਦੀ ਨਿਸ਼ਾਨੀ ਕਰਦੇ ਦੱਸਦੇ ਹੋਣ ਕਿ ਮਰਦ ਉਹੀ ਹੈ ਜਿਹੜਾ ਅੰਦਰੋਂ ਤੇ ਬਾਹਰੋਂ ਇੱਕ ਹੋਵੇ, ਉਹ ਮਰਦ ਕਾਹਦਾ ਜਿਹੜਾ ਮੂੰਹੋਂ ਕੁਛ ਬੋਲਦਾ ਹੋਵੇ ਤੇ ਕਰਦਾ ਕੁਝ ਹੋਵੇ। ਹਮੂ ਮਰਦ ਬਾਏ ਦੇ ਸ਼ਬਦ ਸੁਖ ਨਵਰ, ਨਾ ਸ਼ਿਕਮੇ ਦਿਗਰ ਦਰ ਦਿਹਾਨੇ ਦਿਗਰ। ਤੇ ਸਤਿਗੁਰ ਪਾਤਸ਼ਾਹ ਮਹਾਰਾਜ ਜੋ ਬਚਨ ਕਹਿ ਰਹੇ ਨੇ, ਇਹ ਨਹੀਂ ਕਿ ਸਾਹਮਣੇ ਕਹਿੰਦੇ ਹੁਣ ਸੀਸ ਚਾਹੀਦਾ ਤੇ ਮੁੜ ਕੇ ਅੰਦਰ ਲੁੱਕ ਕਰਕੇ ਸੀਸ ਲੈਣ ਦਾ, ਗੱਲ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਭੇਟ ਕਰਨ ਦੀ ਸੀ, ਤੇ ਸਤਿਗੁਰਾਂ ਦੇ ਅੱਗੇ ਜਦੋਂ ਸੀਸ ਸਿੱਖਾਂ ਨੇ ਭੇਟ ਕੀਤਾ, ਹੁਣ ਸਤਿਗੁਰੂ ਦੀ ਆਪਣੀ ਮੌਜ ਹੈ, ਉੱਥੇ ਸਤਿਗੁਰਾਂ ਨੇ ਬੱਕਰੇ ਨਹੀਂ ਝਟਕਾਏ, ਇੰਨਾ ਜ਼ਰੂਰ ਚੇਤੇ ਰੱਖੀਏ। ਦੂਜੀ ਗੱਲ, ਜੇ ਸਤਿਗੁਰਾਂ ਨੇ ਪਰਦਾ ਹੀ ਪਾ ਦਿੱਤਾ ਤੇ ਸਿੱਖ ਦਾ ਕੰਮ ਨਹੀਂ ਕਿ ਪਰਦੇ ਚੁੱਕ ਚੁੱਕ ਕੇ ਵੇਖੇ ਕਿ ਅੰਦਰ ਸਤਿਗੁਰ ਪਾਤਸ਼ਾਹ ਨੇ ਕੀਤਾ ਕੀ ਹੈ। ਸੋ ਸਤਿਗੁਰੂ ਮੇਰਾ ਸਮਰੱਥ ਹੈ, ਸਤਿਗੁਰ ਮੇਰਾ ਮਾਰ ਜਵਾਲ ਹੈ, ਮਿਰਤਾ ਕੋਲ ਜਵਾਲਣ ਹਰ ਗੱਲ ਵਿੱਚ ਸਮਰੱਥ ਹੈ। ਪਰ ਸਤਿਗੁਰਾਂ ਨੇ ਜਦੋਂ ਸੀਸ ਮੰਗੇ ਤੇ ਜਿਹੜੇ ਸਿੱਧਕੀ ਸਿੱਖ ਨੇ ਗੁਰੂ ਦੇ, ਉਹਨਾਂ ਨੇ ਸੀਸ ਭੇਟਾ ਕੀਤੇ ਤੇ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਨੂੰ ਸੋਹਣਾ ਸਰੂਪ ਦੇ ਕੇ ਆਪਣੇ ਵਰਗਾ ਸਰੂਪ ਬਣਾਉਂਦਿਆਂ ਹੋਇਆਂ ਸਟੇਜ ਤੇ ਲੈ ਕੇ ਆਉਂਦਾ, ਤੇ ਸਤਿਗੁਰਾਂ ਨੇ ਕਹਿ ਦਿੱਤਾ ਸੀ ਸੰਗਤ ਨੂੰ ਕਿ ਇਹਨਾਂ ਵਿੱਚ ਤੇ ਮੇਰੇ ਵਿੱਚ ਹੁਣ ਕੋਈ ਅੰਤਰ ਨਾ ਜਾਣੇ ਹੋ ਜੇ। ਜੋ ਖਾਲਸੇ ਦਾ ਸਰੂਪ ਸਾਜਿਆ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਫਿਰ ਸਤਿਗੁਰਾਂ ਨੇ ਜਿਹੜੀ ਅੰਮ੍ਰਿਤ ਦੀ ਦਾਤ ਤਿਆਰ ਕੀਤੀ ਨਾ, ਤੇ ਖੰਡਾ ਬਾਟਾ ਜਿਹੜਾ ਵਰਤਿਆ, ਅਸਲ ਦੇ ਵਿੱਚ ਜਲ ਅੰਮ੍ਰਿਤ ਨਹੀਂ ਹੋਇਆ ਕਰਦਾ, ਇਹ ਗੱਲ ਜ਼ਰੂਰ ਚੇਤੇ ਰੱਖੀ। ਕਈ ਵਾਰ ਅਸੀਂ ਜਲ ਨੂੰ ਅੰਮ੍ਰਿਤ ਵਰਤ ਲੈਂਦੇ ਹਾਂ ਸ਼ਬਦ, ਪਹਿਲੀ ਗੱਲ ਤੇ ਬਾਣੀ ਦੀ ਪੰਕਤੀ ਪੜ੍ਹੀਏ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ, ਬਾਣੀ ਅੰਮ੍ਰਿਤ ਹੈ, ਤੇ ਜਿਹੜੇ ਚੀਜ਼ ਦੇ ਨਾਲ ਬਾਣੀ ਦਾ ਸੰਬੰਧ ਬਣ ਜੇ ਉਹਨੂੰ ਅਸੀਂ ਅੰਮ੍ਰਿਤ ਰੂਪੇ ਸਤਿਕਾਰ ਦਿੰਦੇ ਹਾਂ। ਉਹੀ ਬਾਣੀ ਜੇ ਸਾਡੇ ਅੰਦਰ ਵਸ ਜਾਏਗੀ, ਸਾਡਾ ਜੀਵਨ ਵੀ ਅੰਮ੍ਰਿਤ ਬਣ ਜਾਏਗਾ। ਪਰ ਇੱਕ ਅਵਸਥਾ ਹੈ, ਗੁਰਬਾਣੀ ਚ ਇੱਕ ਪੰਕਤੀ ਹੋਰ ਆਪਾਂ ਪੜ੍ਹਦੇ ਹਾਂ ਕਿ ਉਹ ਜਿਹੜਾ ਅੰਮ੍ਰਿਤ ਹੈ, ਭਾਈ ਸਾਹਿਬ ਨੇ ਸ਼ਬਦ ਪੜ੍ਹਿਆ, ਪੀਵੋ ਬਾਹੁਲ ਖੰਡੇ ਧਾਰ ਹੋਏ ਜਨਮ ਸੋਇਰ, ਅਸੀਂ ਸਾਰੇ ਹੀ ਪੜ੍ਹ ਰਹੇ ਸਨ, ਤੇ ਜੇ ਸਾਨੂੰ ਵਿਸ਼ਵਾਸ ਹੋਵੇ ਨਾ ਕਿ ਅੰਮ੍ਰਿਤ ਛਕ ਕੇ ਸਾਡਾ ਜਨਮ ਸਫਲ ਹੋ ਜਾਏਗਾ, ਤੇ ਮੈਂ ਕਹਿੰਦਾ ਜਿੰਨਿਆਂ ਕੋਲੇ ਸੁਣਿਆ ਤੇ ਪੜ੍ਹਿਆ, ਜੇ ਗੁਰੂ ਕੇ ਬਚਨਾਂ ਤੇ ਵਿਸ਼ਵਾਸ ਹੋਵੇ ਤੇ ਉਹ ਬੰਦਾ ਅੰਮ੍ਰਿਤ ਛਕਣ ਤੋਂ ਬਗੈਰ ਰਹਿ ਨਹੀਂ ਸਕਦਾ, ਇੰਨਾ ਜ਼ਰੂਰ ਚੇਤੇ ਰੱਖੀਏ। ਜੇ ਅਸੀਂ ਮੁੱਖ ਤੋਂ ਪੜ੍ਹ ਰਹੇ ਹਾਂ ਤੇ ਜੇ ਪਤਾ ਹੈ ਕਿ ਅੰਮ੍ਰਿਤ ਛਕਿਆ ਜਨਮ ਸਫਲ ਹੋਏਗਾ,
ਜਾਂ ਤੇ ਅਸੀਂ ਆਪਣਾ ਜਨਮ ਨਹੀਂ ਸਫਲਾ ਕਰਨਾ ਚਾਹੁੰਦੇ ਤੇ ਜਾਂ ਸਾਨੂੰ ਗੁਰੂ ਦੇ ਬਚਨਾਂ ਤੇ ਭਰੋਸਾ ਨਹੀਂ ਜੇ ਅਸੀਂ ਆਨਾਕਾਨੀ ਕਰਦੇ ਹਾਂ ਅੰਮ੍ਰਿਤ ਛਕਣ ਦੇ ਉੱਪਰ ਤੇ ਜੇ ਪਤਾ ਹੈ ਗੁਰੂ ਦੇ ਬਚਨ ਵੀ ਸੱਚੇ ਨੇ ਤੇ ਅਸੀਂ ਆਪਣਾ ਜਨਮ ਵੀ ਸਫਲ ਕਰਨਾ ਚਾਹੁੰਦੇ ਹਾਂ ਤੇ ਫਿਰ ਕਹਿਣ ਦੀ ਲੋੜ ਨਹੀਂ ਕਿ ਭਾਈ ਅੰਮ੍ਰਿਤ ਛਕੋ ਸਿੰਘ ਸਜੋ ਗੁਰੂ ਵਾਲੇ ਵੱਲੋਂ ਆਪ ਪੁੱਛਣਾ ਪਏਗਾ ਕਿ ਅੰਮ੍ਰਿਤ ਸੰਚਾਰ ਹੋ ਕਦੋਂ ਰਿਹਾ ਹੈ ਤੇ ਮੈਂ ਉਸ ਦਿਨ ਅੰਮ੍ਰਿਤ ਛਕ ਕੇ ਗੁਰੂ ਵਾਲਾ ਬਣਾ ਤੇ ਸਿੱਖੀ ਵਿੱਚ ਖਾਸ ਗੱਲ ਕਦੀ ਕਿਸੇ ਤੇ ਦਬਾਅ ਨਹੀਂ ਪਾਇਆ ਜਾਂਦਾ ਕਿਸੇ ਤੇ ਜ਼ੋਰ ਵੀ ਨਹੀਂ ਨਾ ਹੀ ਲਾਲਚ ਦਿੱਤੇ ਜਾਂਦੇ ਨੇ ਇੱਥੇ ਤੇ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਤੁਹਾਡੇ 'ਤੇ ਕਿਸੇ ਦਾ ਦਬਾਅ ਤੇ ਨਹੀਂ ਕਿਸੇ ਲਾਲਚ ਕਰਕੇ ਤੇ ਨਹੀਂ ਹੈ ਚਾਹ ਹੈ ਤੁਹਾਡੇ ਅੰਦਰ ਅੰਮ੍ਰਿਤ ਛਕਣ ਦਾ ਜੀਵਨ ਸਫਲ ਕਰਨ ਦਾ ਜੇ ਚਾਹ ਹੈ ਚਾਹੁੰਦੇ ਹੋ ਸਾਡਾ ਜੀਵਨ ਸਫਲ ਹੋ ਜਾਏ ਤੇ ਫਿਰ ਤੁਹਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਖੁਸ਼ੀ ਨਾਲ ਖੁਦ ਤੁਹਾਨੂੰ ਪਹੁੰਚਣਾ ਚਾਹੀਦਾ ਹੈ ਅੰਮ੍ਰਿਤ ਸੰਚਾਰ ਸਮਾਗਮ ਵਿੱਚ ਅੰਮ੍ਰਿਤ ਛਕਣ ਵਾਸਤੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉੱਥੇ ਪੰਜਾਂ ਬਾਣੀਆਂ ਦਾ ਜਾਪ ਕੀਤਾ ਜਪਜੀ ਸਾਹਿਬ ਜਾਪ ਸਾਹਿਬ ਸਵਈਏ ਚੌਪਈ ਸਾਹਿਬ ਤੇ ਆਨੰਦ ਸਾਹਿਬ ਮੇਰੇ ਸਤਿਗੁਰਾਂ ਨੇ ਜਪਜੀ ਸਾਹਿਬ ਵਿੱਚੋਂ ਭਗਤੀ ਵਾਲਾ ਗੁਣ ਦ੍ਰਿੜ ਕਰਾਇਆ ਜਾਪ ਸਾਹਿਬ ਵਿੱਚੋਂ ਸ਼ਕਤੀ ਸਵਈਆਂ ਚੋਂ ਵੈਰਾਗ ਚੌਪਈ ਸਾਹਿਬ ਵਿੱਚੋਂ ਨਿਮਰਤਾ ਤੇ ਆਨੰਦ ਸਾਹਿਬ ਵਿੱਚੋਂ ਖੇੜੇ ਵਾਲਾ ਗੁਣ ਦਿੱਤਾ ਕਿ ਮੇਰਾ ਸਿੰਘ ਭਗਤ ਵੀ ਹੋਵੇ ਸ਼ਕਤੀ ਵਾਲਾ ਸੂਰਮਾ ਵੀ ਹੋਵੇ ਇਹਦੇ ਅੰਦਰ ਵੈਰਾਗ ਵੀ ਹੋਵੇ ਨਿਮਰਤਾ ਵੀ ਹੋਵੇ ਤੇ ਹਰ ਵਕਤ ਖੇੜੇ ਤੇ ਆਨੰਦ ਦੇ ਵਿੱਚ ਵੀ ਰਵੇ ਫਿਰ ਸਤਿਗੁਰਾਂ ਨੇ ਅੰਮ੍ਰਿਤ ਛਕਾ ਕਰਕੇ ਇੱਕ ਗੱਲ ਦੱਸ ਦਿੱਤੀ ਸੀ ਕਿ ਅੱਜ ਤੋਂ ਪਿਤਾ ਤੁਹਾਡੇ ਜੋ ਅੱਜ ਅੰਮ੍ਰਿਤ ਛਕਾਇਆ ਜਾਂਦਾ ਹੈ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਾਤਾ ਸਾਹਿਬ ਕੌਰ ਜੀ 1699 ਦੀ ਵਿਸਾਖੀ ਵਾਲੇ ਦਿਨ ਮਾਤਾ ਜੀਤੋ ਨੇ ਪ੍ਰਤਾਸ਼ੇ ਪਾਏ ਸਨ ਤੇ 1700 ਦੇ ਵਿੱਚ ਮਾਤਾ ਸਾਹਿਬ ਕੌਰ ਜੀ ਉੱਥੇ ਪਹੁੰਚੇ ਸਨ ਉਪਰੰਤ ਮੇਰੇ ਸਤਿਗੁਰਾਂ ਨੇ ਉਹਨਾਂ ਦੀ ਝੋਲੀ ਵਿੱਚ ਖਾਲਸਾ ਪਾਇਆ ਸੀ ਇਸ ਕਰਕੇ ਮਾਤਾ ਸਾਹਿਬ ਕੌਰ ਜੀ ਨੂੰ ਪੰਥ ਦੀ ਮਾਤਾ ਹੋਣ ਦਾ ਖਿਤਾਬ ਮਿਲਿਆ ਵਾਸੀ ਆਨੰਦਪੁਰ ਸਾਹਿਬ ਦੇ ਉਹ ਜਨਮ ਸ਼੍ਰੀ ਕੇਸਗੜ੍ਹ ਸਾਹਿਬ ਦਾ ਅੱਜ ਤੋਂ ਤੁਹਾਡੀ ਕੋਈ ਵੱਖਰੀ ਜਾਤ ਨਹੀਂ ਵੱਖਰੀ ਕੁੱਲ ਨਹੀਂ ਵੱਖਰੀ ਗੋਤ ਨਹੀਂ ਤੇ ਨਾਵਾਂ ਦੇ ਪਿੱਛੇ ਸਿੰਘ ਤੇ ਕੌਰ ਸ਼ਬਦ ਜੋੜਿਆ ਜਾਂਦਾ ਬੜਾ ਅਫਸੋਸ ਹੁੰਦਾ ਹੈ ਉਸ ਵਕਤ ਕੋਈ ਆਪਣੇ ਨਾਮ ਦੇ ਨਾਲ ਸਿੰਘ ਵੀ ਸ਼ਬਦ ਜੋੜੇ ਕੌਰ ਵੀ ਜੋੜੇ ਤੇ ਪਿੱਛੇ ਆਪਣੇ ਨਾਂ ਦੇ ਮਗਰ ਜਾਤ ਵੀ ਲਾਉਂਦਾ ਫਿਰਦਾ ਹੋਵੇ ਸਤਿਗੁਰਾਂ ਨੇ ਅੱਜ ਦੇ ਦਿਹਾੜੇ ਭਾਵ ਜਿਸ ਦਿਹਾੜੇ ਨੂੰ ਅੱਜ ਆਪਾਂ ਸਮਰਪਿਤ ਹੋ ਕੇ ਬੈਠੇ ਹਾਂ ਖਾਲਸਾ ਸਾਜਣਾ ਦਿਵਸ ਨੂੰ 1699 ਦੀ ਵਿਸਾਖੀ ਵਾਲੇ ਦਿਨ ਮੇਰੇ ਸਤਿਗੁਰਾਂ ਨੇ ਕਿਰਪਾ ਕੀਤੀ ਸਾਡੇ ਹਿੰਦੁਸਤਾਨ ਦੀ ਗੁਲਾਮੀ ਦਾ ਜਿਹੜਾ ਅਸਲ ਕਾਰਨ ਸੀ ਮੇਰੇ ਸਤਿਗੁਰਾਂ ਨੇ ਉਹਨੂੰ ਸਮਝ ਲਿਆ ਸੀਗਾ ਜੇ ਕਿਤੇ ਖਾਲਸੇ ਦੀ ਸਾਜਣਾ ਨਾ ਕੀਤੀ ਜਾਂਦੀ ਹਿੰਦੁਸਤਾਨ ਸਦਾ ਵਾਸਤੇ ਗੁਲਾਮ ਹੋ ਜਾਂਦਾ ਤੇ ਜਿਹੜਾ ਇਰਾਨ ਅਫਗਾਨਿਸਤਾਨ ਦਾ ਅੱਜ ਦਾ ਹਾਲ ਹੈ ਪਾਕਿਸਤਾਨ ਦਾ ਵੀ ਹਾਲ ਹੋ ਰਿਹਾ ਹੈ ਕੋਈ ਹਾਲ ਕਿਤੇ ਸਾਰੇ ਹਿੰਦੁਸਤਾਨ ਦਾ ਹੁੰਦਾ ਜੇ ਖਾਲਸੇ ਦੀ ਸਾਜਣਾ ਨਹੀਂ ਕੀਤੀ ਜਾਂਦੀ ਮੇਰੇ ਸਤਿਗੁਰਾਂ ਨੇ ਵੇਖਿਆ ਮਨੁੱਖ ਚਾਰ ਹਿੱਸਿਆਂ ਵਿੱਚ ਵੰਡੇ ਨੇ ਖੱਤਰੀ ਬ੍ਰਾਹਮਣ ਸ਼ੂਦਰ ਤੇ ਵੈਸ਼ ਮਨੁੱਖਤਾ ਦੇ ਵਿੱਚ ਏਕਤਾ ਨਹੀਂ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਗੱਲ ਵੇਖੀ ਕਿ ਏਕਤਾ ਨਹੀਂ ਤੇ ਇਹ ਦੇਸ਼ ਕਦੀ ਆਜ਼ਾਦ ਨਹੀਂ ਹੋ ਸਕਦਾ ਇਹ ਦੇਸ਼ ਸਦਾ ਖੱਤਰੀ ਵਹੀ ਵੈਸ਼ ਵਹੀ ਸ਼ੂਦਰ ਵਹੀ ਬ੍ਰਾਹਮਣ ਇੱਕ ਸੰਪੂਰਨ ਮਨੁੱਖ ਦੀ ਸਾਜਨਾ ਕੀ ਔਰ ਹੈਰਾਨਗੀ ਹੋਤੀ ਹੈ ਦੁਨੀਆ ਕੇ ਲੋਕੋਂ ਕੋ 1000 ਸਾਲ ਤੱਕ ਹਿੰਦੁਸਤਾਨ ਗੁਲਾਮੋਂ ਕਾ ਗੁਲਾਮ ਰਹਾ ਔਰ ਖਾਲਸੇ ਕੀ ਸਾਜਨਾ ਕਰਕੇ ਮੇਰੇ ਸਤਿਗੁਰੂ ਜੀ ਨੇ ਇਸ ਦੇਸ਼ ਕੋ ਗੁਲਾਮੀ ਸੇ ਆਜ਼ਾਦ ਕੀਆ ਅੱਜ ਕਈ ਵਾਰ ਲੋਕ ਕਹਿ ਦੇਤੇ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਖਾਲਸੇ ਕੀ ਸਾਜਨਾ ਕੀ ਇਹ ਕੌਮ ਕੀ ਸਾਜਨਾ ਕੀ ਔਰ ਇਹਨਾਂ ਨੇ ਧਰਮ ਕਾ ਕਾਰਜ ਕੀਆ ਮੈਂ ਇੱਕ ਨਿਵੇਦਨ ਜ਼ਰੂਰ ਕਰੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੇ ਬੜਾ ਕੋਈ ਦੇਸ਼ ਭਗਤ ਨਹੀਂ ਸਬਸੇ ਪਹਿਲੇ ਜਬ ਦੇਸ਼ ਭਗਤੀ ਕੀ ਬਾਤ ਕੀ ਜਾਏ ਨਾ ਤੋ ਮੈਂ ਸਬਸੇ ਪਹਿਲੀ ਬਾਤ ਕਰੂੰ ਗੁਰੂ ਨਾਨਕ ਸਾਹਿਬ ਨੇ ਜਿਸ ਦਿਨ ਬਾਬਰ ਕਾ ਹਮਲਾ ਹੁਆ ਸਾਹਮਣੇ ਖੜੇ ਹੋ ਕੇ ਕਹਿ ਦਿਆ ਤੂੰ ਬਾਬਰ ਨਹੀਂ ਤੂੰ ਜਾਬਰ ਹੈ ਔਰ ਗੁਰੂ ਨਾਨਕ ਸਾਹਿਬ ਕੋ ਕੈਦ ਖਾਨੇ ਮੇਂ ਡਾਲ ਦਿਆ ਕਿ ਕਿਆ ਵੋ ਦੇਸ਼ ਭਗਤੀ ਕੇ ਲਈ ਆਜ਼ਾਦੀ ਕੇ ਲਈ ਪਹਿਲੀ ਲੜਾਈ ਦਾ ਆਰੰਭ ਨਹੀਂ ਤਾਂ ਜਬ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਜਿਸ ਵਕਤ ਇਹ ਐਲਾਨ ਕੀਆ ਕਿ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਕਿਉਂ ਵਰਨਾ ਕੋ ਸਾਂਝਾ ਕਿ ਸਭੀ ਮਨੁੱਖ ਭਾਈ ਭਾਈ ਹੈ ਏਕ ਪਿਤਾ ਏਕ ਸਕੇ ਹਮ ਬਾਰਕ ਹੈ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕਿਉਂ ਮਨੁੱਖ ਕੋ ਧਰਮ ਔਰ ਜਾਤੀ ਕੇ ਭੇਦਭਾਵ ਮੇਂ ਮਾਟਾ ਬਾਟਾ ਜਾਤਾ ਹੈ ਹਮ ਸਭੀ ਕੇ ਪਿਤਾ ਕੀ ਸੰਤਾਨ ਹੈ ਔਰ ਗੁਰੂ ਜੀ ਕੋ ਤੱਤੀ ਤਵੀ ਪੇ ਬਿਠਾ ਕੇ ਸ਼ਹੀਦ ਕੀਆ ਗਿਆ ਜੋ ਇਨਸਾਨੀਅਤ ਕੇ ਲਈ ਗੁਲਾਮੀ ਕੇ ਖਿਲਾਫ ਉਹਨਾਂ ਨੇ ਆਵਾਜ਼ ਬੁਲੰਦ ਕੀ ਗੁਰੂ ਛੇਵੇਂ ਪਾਤਸ਼ਾਹ ਜੀ ਨੇ ਜੋ ਚਾਰ ਜੰਗੇ ਲੜੀ ਔਰ ਉਸ ਵਕਤ ਅਨਿਆਏ ਕਾ ਮੁਕਾਬਲਾ ਕੀਆ ਕਿਆ ਵੋ ਆਜ਼ਾਦੀ ਕੀ ਲੜਾਈ ਨਹੀਂ ਥੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਧਰਮ ਕੀ ਆਜ਼ਾਦੀ ਕੇ ਲਈ ਏਕ ਧਰਮ ਸੇ ਦੂਸਰੇ ਧਰਮ ਪੇ ਜ਼ੁਲਮ ਹੋ ਰਹਾ ਥਾ ਜੋ ਤਿਲਕ ਔਰ ਜਨੇਊ ਧਾਰਨ ਕਰਨੇ ਸੇ ਰੋਕ ਲਗਾ ਦੀ ਗਈ ਥੀ ਤੋ ਜਿਸ ਉਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੋ ਕੁਰਬਾਨੀ ਦੀ ਕਿਆ ਵੋ ਆਜ਼ਾਦੀ ਕੀ ਲੜਾਈ ਨਹੀਂ ਥੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੋ ਤਾਂ ਆਪਣੇ ਦੇਸ਼ ਦੇ ਹਿੱਤ ਕੇ ਲਈ ਸੋਚੇਗਾ ਉਸਕੇ ਲਈ ਦੂਸਰੇ ਕਾ ਕੋਈ ਮਤਲਬ ਨਹੀਂ ਕਿਸੇ ਕਾ ਨੁਕਸਾਨ ਹੋ ਚਾਹੇ ਨਾ
पर जो सिख की अवस्था गुरु जी ने बना दी ऐसी, जब भी अरदास करता वो कहता नानक नाम चढ़ती कला तेरे भाने संबत दा भला। उसके लिए अपने देश वाला हो चाहे संसार का कोई मनुष्य हो, सिख हर एक के भले के लिए सोचता है, कभी किसी के बुरे के लिए सोच ही नहीं सकता। ऐसा इंसान मेरे सतगुरु जी ने खालसे की साजना के रूप में बनाया। सो खालसे की साजना जिसके कारण ये देश गुलामी के चंगुलों से आजाद हुआ, और आजादी का जो बिगल था जो गुरु साहब ने खालसे की साजना के रूप में बजाया, और इसके साथ ही मेरे सतगुरु पातशाह ने कृपा की मनुष्य मात्र को एकता के इस पैगाम के साथ आपस में जोड़ा, जो खालसे की साजना दिवस के रूप में हम सभी मना रहे हैं। आज हम खालसे की साजना दिवस का मनाने का जो मतलब है, ये दीवान सजाए हैं, असल पैगाम हमारा यही है, जाति पाति के सांप्रदायिक जहाँ बोली के आधार पे, भाषा के आधार पे, प्रांत के आधार पे जितने हमारे भेदभाव हैं, अगर हम इनको मिटा दें और आपस में प्यार से रहना सीख लें, तो सही मायने से हमारा ये वैसाखी पुर खालसा साजना दिवस मनाया हुआ सफल हो सकता है। जो गुरबाणी ने भी पैगाम दिया, कहीं भगत कबीर जी यूपी के हैं, भगत नामदेव जी जहाँ एक तरफ महाराष्ट्र के, भगत धन्ना जी राजस्थान के हैं, अलग अलग प्रांतों के भक्तों को बराबर स्थान सतगुरु जी ने दिया। तो खालसे की साजना के दिन भी सतगुरु जी ने जाति पाति ऊंच नीच के भेद मिटा के एक मनुष्य की साजना की, और आज हमारा मनाया दिन सफल तभी है जब हमारे अंदर के भेदभाव मिट जाए, हमारे अंदर प्यार पैदा हो, हम मिल करके रहना सीखें। सही मायने में मनाया हुआ ये खालसा साजना दिवस हमारा सफल हो जाएगा। मैं प्रबंधक समिति को बधाई देता हूँ, आप संगत को बधाई जो बड़े प्यार से अब खालसा साजना दिवस की खुशियां मना रहे हैं। दास की ड्यूटी श्रोमणी गुरुद्वारा प्रबंधक कमेटी श्री अमृतसर की तरफ से धर्म प्रचार को मुख्य रखते हुए लखनऊ के इलाके में लगी हुई है, उसी सेवा को निभाते हुए आप संगतों ने दर्शन किए। एक बार सभी को बधाई देते हुए क्षमा प्रार्थी हूँ, प्यार से फतेह बुलाए, वाहिगुरु जी का खालसा, वाहिगुरु जी की फतेह। वाहिगुरु 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 वाहिगुरु।